ਸਤਿ ਸ਼੍ਰੀ ਅਕਾਲ ਜੀ ਸਰ, ਕੀ ਹਾਲ ਚਾਲ ਜੀ? ਜੀ ਆਸ ਕਰਦੇ ਤੁਸੀਂ ਸਰ ਠੀਕ ਠਾਕ ਹੋਵੋਗੇ ਅਤੇ ਚੜ੍ਹਦੀ ਕਲਾਸ ਹੋਵੋਗੇ। ਆਹ ਵੀਡੀਓ ਦਾ ਜਿਹੜਾ ਮੇਨ ਟੋਪਿਕ ਹੈ ਉਹ ਹੋਣ ਵਾਲਾ ਜੀ ਪ੍ਰੋਪਰ ਗਾਈਡ ਦੇ ਉੱਤੇ ਜਦੋਂ ਵੀ ਕੋਈ ਬੱਚਾ ਜਾਂ ਸਟੂਡੈਂਟ ਜਾਂ ਕੋਈ ਵਿਜ਼ਿਟ। ਮੇਨਲੀ ਇਹ ਵੀਡੀਓ ਹੋਊਗੀ ਜੀ ਸਟੂਡੈਂਟਸ ਵਾਸਤੇ, ਕਿਉਂਕਿ ਮੈਂ ਵੀ ਇੱਕ ਸਟੂਡੈਂਟ ਹਾਂ ਅਤੇ ਮੈਂ ਐਡਮਿੰਟਨ ਦੇ ਵਿੱਚ ਰਹਿ ਰਿਹਾ ਇਸ ਵਕਤ, ਅਤੇ ਆਈ ਐਮ ਗੋਇੰਗ ਥਰੂ ਦਾ ਸਟੂਡੈਂਟ ਲਾਈਫ ਐਜ ਵੈਲ। ਸੋ ਮੈਨੂੰ ਥੋੜ੍ਹੀ ਜਿਹੀ ਐਕਸਪੀਰੀਅੰਸ ਹੋਣ ਕਰਕੇ ਮੈਂ ਇਹ ਵੀਡੀਓਜ਼ ਪੋਸਟ ਕਰ ਰਿਹਾ। ਸੋ ਆਈ ਮਸਟ ਲਾਈਕ ਟੂ ਟਾਕ ਅਬਾਊਟ ਮਾਈ ਐਕਸਪੀਰੀਅੰਸਿਸ, ਵਟ ਆਈ ਹੈਡ ਟੂ ਡੂ ਅਰਾਈਵਡ ਇਨ ਕੈਨੇਡਾ। ਜਦੋਂ ਮੈਂ ਐਡਮਿੰਟਨ ਦੇ ਵਿੱਚ ਆਇਆ ਸੀ ਤਾਂ ਮੈਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਕਰਨੀਆਂ ਪਈਆਂ ਸੀ ਅਤੇ ਕਿਹੜੇ ਕਿਹੜੇ ਇੰਪੋਰਟੈਂਟ ਸਟੈਪਸ ਹੁੰਦੇ ਆ ਉਹ ਕਰਨੇ ਪੈਂਦੇ ਆ। ਸੋ ਇਹ ਆਉਣ ਵਾਲੇ ਸਟੂਡੈਂਟਸ ਲਈ ਜਿਹੜੇ ਮਈ ਇਨਟੇਕ ਚਾਹੁੰਦੇ ਆ ਜਾਂ ਸਤੰਬਰ ਇਨਟੇਕ 2020 ਦੇ ਵਿੱਚ ਆਉਂਦੇ ਆ ਤਾਂ ਉਹਨਾਂ ਨੂੰ ਇਹ ਬਹੁਤ ਜ਼ਿਆਦਾ ਹੈਲਪਫੁਲ ਹੋਊਗੀ। ਸੋ ਪਲੀਜ਼ ਵਾਚ ਦਿਸ ਵਲੌਗ ਟਿਲ ਐਂਡ, ਬਿਕੋਜ਼ ਆਈ ਐਮ ਗੋਇੰਗ ਟੂ ਪ੍ਰੋਵਾਈਡ ਵੈਰੀ ਇੰਪੋਰਟੈਂਟ ਇਨਫੋਰਮੇਸ਼ਨ ਇਨ ਦਿਸ ਵੀਡੀਓ। ਸੋ ਲੈਟਸ ਕੰਟੀਨਿਊ ਦ ਵੀਡੀਓ ਵਿਦਆਊਟ ਵੇਸਟਿੰਗ ਮੋਰ ਟਾਈਮ। ਸੋ ਦਾ ਫਸਟ ਗਾਈਡ ਇਜ਼ ਕਿ ਜਦੋਂ ਵੀ ਤੁਸੀਂ ਐਡਮਿੰਟਨ ਦੇ ਵਿੱਚ ਆਉਣਾ ਜਾਂ ਕਿਸੇ ਹੋਰ ਵੀ ਸ਼ਹਿਰ ਦੇ ਵਿੱਚ ਆਉਣਾ ਤਾਂ ਆਪਦੇ ਗਰਮ ਕੱਪੜੇ ਜ਼ਰੂਰ ਲੈ ਕੇ ਆਓ। ਗਰਮ ਕੱਪੜੇ ਮਤਲਬ ਕਿ ਬਹੁਤ ਹੀ ਜ਼ਿਆਦਾ ਵਧੀਆ ਕੁਆਲਿਟੀ ਦੇ ਲੈ ਕੇ ਆਓ, ਕਿਉਂਕਿ ਇੱਥੇ ਠੰਡ ਬਹੁਤ ਜ਼ਿਆਦਾ ਪੈਂਦੀ ਹੈ। ਸਪੈਸ਼ਲੀ ਜੇ ਮੈਂ ਐਡਮਿੰਟਨ ਦੀ ਗੱਲ ਕਰਾਂ ਤਾਂ ਇਸ ਮਹੀਨੇ ਜਾਂ ਇਸ ਰੁੱਤ ਦੇ ਵਿੱਚ ਜਾਂ ਜਨਵਰੀ ਮਹੀਨੇ ਦੇ ਵਿੱਚ ਕੋਲਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮਤਲਬ ਕਿ ਇੱਥੇ ਟੈਂਪਰੇਚਰ ਜ਼ਿਆਦਾਤਰ ਇਸ ਵੀਕ ਦੇ ਵਿੱਚ, ਜਿਹੜਾ ਕਿ ਹੁਣ ਵੀਕ ਚੱਲ ਰਿਹਾ, ਅੱਜ ਹੈਗੀ 18 ਤਰੀਕ, ਸੋ ਇਸ ਵੀਕ ਦੇ ਵਿੱਚ ਕੋਲਡ ਅਲਰਟ ਜਾਰੀ ਕੀਤਾ ਗਿਆ ਕਿਉਂਕਿ -45 ਡਿਗਰੀ ਤੱਕ ਟੈਂਪਰੇਚਰ ਪਹੁੰਚ ਗਿਆ ਸੀ। ਸੋ ਇਨ ਆਰਡਰ ਟੂ ਅਲਰਟ ਪੀਪਲ, ਅਲਰਟ ਜਾਰੀ ਕਰ ਦਿੱਤਾ ਗਿਆ ਸੀ ਕਿ ਆਪਦੇ ਘਰਾਂ ਦੇ ਵਿੱਚ ਹੀ ਰਹੋ ਅਤੇ ਗਰਮ ਕੱਪੜੇ ਪਾ ਕੇ ਹੀ ਬਾਹਰ ਨਿਕਲਿਓ ਤਾਂ ਜੋ ਤੁਸੀਂ ਠੰਡ ਦੇ ਵਿੱਚੋਂ ਬਚ ਸਕੋ। ਪਰ ਘਰ ਦੇ ਵਿੱਚ ਤਾਂ ਚਲੋ ਠੀਕ ਹੈ ਗੱਲ, ਕਿਉਂਕਿ ਹੀਟ ਲੱਗੀ ਹੁੰਦੀ ਹੈ ਘਰ ਦੇ ਵਿੱਚ ਅਤੇ ਫਿਰ ਠੰਡ ਤਾਂ ਪਤਾ ਨਹੀਂ ਲੱਗਦਾ, ਪਰ ਜਦੋਂ ਬਾਹਰ ਜਾਂਦੇ ਤੋਂ ਪਤਾ ਲੱਗਦਾ ਕਿ ਠੰਡ ਕਿੰਨੀ ਹੈ। ਸੋ ਆਈ ਮਸਟ ਵਾਰਨ ਯੂ ਦੈਟ ਪਲੀਜ਼ ਵੀਅਰ ਪ੍ਰੋਪਰ ਕਲੋਥਸ ਐਂਡ ਹੈਵ ਪ੍ਰੋਪਰ ਇਨਰਸ ਐਂਡ ਵੀਅਰ ਪ੍ਰੋਪਰ ਜੈਕਟਸ ਐਂਡ ਸ਼ੂਜ਼, ਵਿੰਟਰ ਸ਼ੂਜ਼ ਐਜ ਵੈਲ, ਸੋ ਦੈਟ ਯੂ ਮੈ ਪ੍ਰੋਟੈਕਟ ਯੂਰਸੈਲਫ ਫਰੋਮ ਦਿਸ ਹਾਰਸ਼ ਵਿੰਟਰ। ਐਡਮਿੰਟਨ ਦੇ ਵਿੱਚ ਜ਼ਿਆਦਾਤਰ ਜਿਹੜੀ ਠੰਡ ਹੁੰਦੀ ਹੈ ਉਹ 7 ਤੋਂ 8 ਮਹੀਨੇ ਲਾਸਟ ਕਰਦੀ ਹੈ ਅਤੇ 7 ਤੋਂ 8 ਮਹੀਨੇ ਪੈਂਦੀ ਹੈ ਮਤਲਬ ਕਿ, ਅਤੇ ਹੋਰ ਜਿਹੜੀ ਗਰਮੀ ਹੁੰਦੀ ਹੈ ਉਹ ਬਹੁਤ ਹੀ ਸ਼ਾਰਟ ਪੀਰੀਅਡ ਦੀ ਹੁੰਦੀ ਹੈ, ਮਤਲਬ ਕਿ 4 ਕੁ ਮਹੀਨੇ ਦੀ ਗਰਮੀ ਹੁੰਦੀ ਹੈ ਅਤੇ ਗਰਮੀਆਂ ਪੈਂਦੀਆਂ ਨੇ ਅਤੇ ਬਾਕੀ ਸਾਰਾ ਜਿਹੜਾ ਸਾਲ ਹੁੰਦਾ ਉਹ ਸਨੋਅ ਨਾਲ ਟਿਕਿਆ ਰਹਿੰਦਾ ਆ। ਸੋ ਸੈਕਿੰਡ ਸਟੈਪ ਦੀ ਆਪਾਂ ਜੇ ਗੱਲ ਕਰੀਏ, ਆਪਾਂ ਇੱਥੇ ਆ ਜਦੋਂ ਲੈਂਡ ਹੋ ਜਾਂਦੇ ਹਾਂ ਕੈਨੇਡਾ ਦੇ ਵਿੱਚ ਤਾਂ ਆਪਾਂ ਕੀ ਕੁਝ ਕਰਨਾ ਆ? ਸਭ ਤੋਂ ਪਹਿਲਾਂ ਆਪਾਂ ਅਕੋਮੋਡੇਸ਼ਨ ਲੱਭਣੀ ਆ। ਜੇ ਅਕੋਮੋਡੇਸ਼ਨ ਆਪਣੀ ਪਹਿਲਾਂ ਹੀ ਹੈਗੀ ਆ, ਮਤਲਬ ਕਿ ਜੇ ਆਪਾਂ ਕਿਸੇ ਰਿਸ਼ਤੇਦਾਰ ਕੋਲ ਆਏ ਹੋਏ ਹਾਂ ਤਾਂ ਵੈਲ ਐਂਡ ਗੁੱਡ, ਐਂਡ ਇਫ ਯੂ ਡੋਂਟ ਹੈਵ ਐਨੀ ਅਕੋਮੋਡੇਸ਼ਨ ਪਲੈਨ, ਸੋ ਜਦੋਂ ਤੁਸੀਂ ਆਪਦੀ ਕੰਟਰੀ ਦੇ ਵਿੱਚੋਂ, ਇੰਡੀਆ ਜਾਂ ਪਾਕਿਸਤਾਨ ਦੇ ਵਿੱਚੋਂ ਜਿੱਥੇ ਵੀ ਰਹਿੰਦੇ ਤੁਸੀਂ, ਤਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਰ ਸਕਦੇ ਹੋ, ਕਜੀਜੀ ਦੇ ਉੱਤੇ ਵਿਜ਼ਿਟ ਕਰੋ। ਕਜੀਜੀ ਇੱਕ ਵੈਬਸਾਈਟ ਹੈ, ਤੁਹਾਨੂੰ ਮੈਂ ਲਿੰਕ ਵੀ ਪਾ ਦੇਵਾਂਗਾ ਡਿਸਕ੍ਰਿਪਸ਼ਨ ਦੇ ਵਿੱਚ। ਕਜੀਜੀ ਇੱਕ ਵੈਬਸਾਈਟ ਹੈ ਜਿੱਥੇ ਬਹੁਤ ਸਾਰੇ ਹਾਊਸਿਸ ਰੈਂਟ ਕੀਤੇ ਜਾਂਦੇ ਆ, ਮਤਲਬ ਕਿ ਐਵਰੀਥਿੰਗ, ਉਹ ਮਾਰਕੀਟ ਹੈ ਇੱਕ ਥਾਂ ਦੀ ਜਿੱਥੇ ਸਾਰਾ ਕੁਝ ਮਿਲਦਾ ਆ। ਸੋ ਯੂ ਗੈਸ ਗੋਟ ਗੋਣਾ ਚੈੱਕ ਇਟ ਆਊਟ, ਅਤੇ ਉੱਥੇ ਬਹੁਤ ਸਾਰੇ ਰਹਿਣ ਨੂੰ ਜਗ੍ਹਾ ਮਿਲ ਜਾਂਦੀਆਂ ਆ, ਅਤੇ ਕਜੀਜੀ ਇਜ਼ ਅ ਵਾਈਡ ਪਲੈਟਫਾਰਮ, ਸੋ ਪਲੀਜ਼ ਵਿਜ਼ਿਟ ਦ ਕਜੀਜੀ ਸਾਈਟ ਐਂਡ ਇਫ ਯੂ ਹੈਵਨਟ ਚੈੱਕ ਇਟ ਆਊਟ। ਮੋਸਟ ਇੰਪੋਰਟੈਂਟਲੀ ਜੇ ਮੈਂ ਤੁਹਾਨੂੰ ਗੱਲ ਕਹਾਂ, ਜੇ ਤੁਹਾਨੂੰ ਕਜੀਜੀ 'ਤੇ ਵੀ ਨਹੀਂ ਮਿਲਦੀ ਕੋਈ ਬੇਸਮੈਂਟ ਜਾਂ ਕੋਈ ਕਮਰਾ ਕਿਰਾਏ 'ਤੇ, ਤਾਂ ਬਹੁਤ ਸਾਰੇ ਇੰਸਟਾਗ੍ਰਾਮ 'ਤੇ ਪੇਜ ਬਣੇ ਹੁੰਦੇ ਆ, ਤੁਸੀਂ ਉੱਥੇ ਆਪਦੀ ਜਿਹੜੀ ਸਿਟੀ ਦੇ ਵਿੱਚ ਜਾਣਾ ਆ ਉੱਥੇ ਦਾ ਤੁਸੀਂ ਭਰ ਸਕਦੇ ਹੋ ਇੰਸਟਾਗ੍ਰਾਮ 'ਤੇ ਸਰਚ ਕਰ ਸਕਦੇ ਹੋ, ਅਤੇ ਉੱਥੇ ਤੁਹਾਨੂੰ ਬਹੁਤ ਸਾਰੀਆਂ ਬਹੁਤ ਸਾਰੇ ਆਈਡੀਜ਼ ਸ਼ੋ ਹੋਣ ਜਾਣਗੀਆਂ, ਅਤੇ ਉੱਥੇ ਤੁਹਾਨੂੰ ਤੁਸੀਂ ਉਹਨਾਂ ਨੂੰ ਮੈਸੇਜ ਕਰ ਸਕਦੇ ਹੋ ਅਤੇ ਉਹ ਤੁਹਾਡੀ ਪੋਸਟ ਪਾ ਦੇਣਗੇ। ਇਸ ਨਾਲ ਵੀ ਤੁਹਾਡੀ ਬਹੁਤ ਸਾਰੀ ਹੈਲਪ ਹੋ ਸਕਦੀ ਆ। ਕੀਪ ਇਟ ਇਨ ਮਾਈਂਡ ਐਜ਼ ਵੈਲ। ਸੋ ਦ ਥਰਡ ਸਟੈਪ ਇਜ਼, ਵੈਨ ਯੂ ਅਰਾਈਵ ਇਨ ਕੈਨੇਡਾ ਯੂ ਮਸਟ ਹੈਵ ਟੂ ਐਕਟੀਵੇਟ ਯੂਰ ਜੀ ਆਈ ਸੀ ਅਕਾਊਂਟ, ਭਾਵੇਂ ਜਿਹੜੇ ਵੀ ਤੁਹਾਡੇ ਬੈਂਕ ਦੇ ਵਿੱਚ ਜੀ ਆਈ ਸੀ ਦਾ ਅਕਾਊਂਟ ਜਿਹੜਾ ਖੁੱਲਿਆ ਹੋਇਆ, ਇੰਡੀਆ ਤੁਸੀਂ ਖੁਲਾ ਕੇ ਆਏ ਸੀ, ਮੇਰਾ ਖੁੱਲਿਆ ਸੀ ਜੀ ICICI ਬੈਂਕ ਕੈਨੇਡਾ ਦੇ ਬ੍ਰਾਂਚ ਦੇ ਵਿੱਚ ਮੇਰਾ ਖੁੱਲਿਆ ਸੀਗਾ ਮੇਰਾ ਜੀ ਆਈ ਸੀ ਅਕਾਊਂਟ, ਅਤੇ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਤਾਂ ਨਹੀਂ ਹੋਈ, ਬਟ ਬਹੁਤ ਹੀ ਸਿੰਪਲ ਪ੍ਰੋਸੈਸ ਸੀ, ਔਨਲਾਈਨ ਹੋ ਗਿਆ ਸਾਰਾ ਕੁਝ, ਅਤੇ ਉਸ 'ਤੇ ਵੀ ਮੈਂ ਇੱਕ ਵੀਡੀਓ ਲਿਆਉਣ ਵਾਲਾ ਹਾਂ। ਸੋ ਪਲੀਜ਼ ਸਬਸਕ੍ਰਾਈਬ ਟੂ ਮਾਈ ਚੈਨਲ ਐਂਡ ਇਫ ਯੂ ਵਾਂਟ ਟੂ ਸੀ ਹਾਊ ਟੂ ਐਕਟੀਵੇਟ ਐਨ ICICI ਅਕਾਊਂਟ ਇਨ ਕੈਨੇਡਾ ਐਂਡ ਵਾਂਟ ਟੂ ਨੋ ਅਬਾਊਟ ਦਾ ਪ੍ਰੋਸੀਜਰ ਦੈਟ ਹਾਊ ਇਟ ਐਕਟੀਵੇਟਸ, ਹਾਊ ਦਾ ਜੀ ਆਈ ਸੀ ਐਕਟੀਵੇਸ਼ਨ ਇਜ਼ ਡਨ, ਪਲੀਜ਼ ਕੀਪ ਪੇਸ ਵਿਦ ਮਾਈ ਚੈਨਲ, ਅਤੇ ਮੇਰੇ ਚੈਨਲ ਨੂੰ ਵੇਖਦੇ ਰਿਹਾ ਕਰੋ, ਅਤੇ ਮੈਂ ਬਹੁਤ ਜਲਦੀ ਉਹ ਵੀਡੀਓ ਅਪਲੋਡ ਕਰ ਦੇਵਾਂਗਾ। ਸੋ ਐਕਚੁਲੀ ਮੇਰੇ ਕਹਿਣ ਦਾ ਮਤਲਬ ਹੈ ਕਿ ਜਦੋਂ ਤੁਸੀਂ ਅਰਾਈਵ ਹੋ ਜਾਂਦੇ ਕੈਨੇਡਾ ਵਿੱਚ ਤਾਂ ਤੁਹਾਡਾ ਜਿਹੜਾ ਮੋਸਟ ਇੰਪੋਰਟੈਂਟ ਕੰਮ ਆਉਂਦਾ ਆ ਆਪਦੀ GIC ਨੂੰ ਐਕਟੀਵੇਟ ਕਰਾਉਣਾ। GIC ਜੇ ਤੁਹਾਡੇ ਹੱਥ ਵਿੱਚ ਆ ਜਾਂਦੀ ਹੈ, ਤੁਸੀਂ ਤੁਹਾਡੇ ਥੋੜ੍ਹੇ ਜਿਹੜੇ ਐਕਸਪੈਂਸਿਸ ਹੁੰਦੇ ਆ ਜਿਵੇਂ ਕਿ ਰੈਂਟ ਦੇਣਾ ਹੁੰਦਾ ਆ ਉਹਨੂੰ ਤੁਸੀਂ ਕਵਰ ਅਪ ਕਰ ਸਕਦੇ ਹੋ, ਜਾਂ ਥੋੜ੍ਹੇ ਬਹੁਤੇ ਜਿਹੜੇ ਐਕਸਪੈਂਸਿਸ ਹੁੰਦੇ ਆ, ਜਾਂ ਤੁਸੀਂ ਕਲੋਥਸ ਖਰੀਦਣੇ ਆ, ਵਿੰਟਰ ਕਲੋਥਸ ਖਰੀਦਣੇ ਆ, ਤਾਂ ਉਹਨਾਂ ਨੂੰ ਵੀ ਤੁਸੀਂ ਕਵਰ ਅਪ ਕਰ ਸਕਦੇ ਹੋ। ਸੋ ਜੇ ਆਪਾਂ ਗੱਲ ਕਰੀਏ ਫੋਰਥ ਸਟੈਪ ਦੀ, ਜਿਹੜਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ, ਦੈਟ ਇਜ਼ ਟੇਕਿੰਗ ਸਮ ਆਫ ਦਾ ਆਈਡੀਜ਼ ਇਨ ਦਾ ਪ੍ਰੋਵਿੰਸ ਦੈਟ ਯੂ ਆਰ ਰਿਸਾਈਡਿੰਗ ਇਨ, ਠੀਕ ਆ? ਜਿਹੜੀ ਵੀ ਪ੍ਰੋਵਿੰਸ ਦੇ ਵਿੱਚ ਤੁਸੀਂ ਰਹਿ ਰਹੇ ਹੋ ਜਾਂ ਰਿਸਾਈਡ ਕਰ ਰਹੇ ਹੋ, ਉੱਥੋਂ ਦੀਆਂ ਆਈਡੀਜ਼ ਬਣਾਉਣੀਆਂ। ਸਭ ਤੋਂ ਮੇਨ ਆਈਡੀ ਹੁੰਦੀ ਹੈ ਜੀ ਪ੍ਰੋਵਿੰਸ਼ੀਅਲ ਆਈਡੀ, ਪ੍ਰੋਵਿੰਸ਼ੀਅਲ ਆਈਡੀ ਚਾਹੀਏ ਤੁਸੀਂ BC ਦੇ ਵਿੱਚ ਰਹਿ ਰਹੇ ਹੋ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿ ਰਹੇ ਹੋ, ਚਾਹੇ ਐਲਬਰਟਾ
ਉੱਥੋਂ ਦੀ ਤੁਹਾਡੀ ਆਈ ਡੀ ਬਣਦੀ ਹੁੰਦੀ ਆ, ਉਹ ਰਜਿਸਟਰ ਦੇ ਵਿੱਚ ਜਾ ਕੇ ਬਣ ਜਾਂਦੀ ਹੁੰਦੀ ਹੈ, ਕੋਈ ਵੀ ਰਜਿਸਟਰੀ। ਉਹ ਇੱਥੇ ਬਹੁਤ ਸਾਰੀਆਂ ਰਜਿਸਟਰੀਆਂ ਹਨ ਐਡਵਰਟਾਂ ਦੇ ਵਿੱਚ, ਜਿਵੇਂ ਕਿ ਮੇਰੇ ਨੇੜੇ ਹੈਗੀ ਮਿਲਵੁੱਡਸ ਦੀ ਰਜਿਸਟਰੀ ਹੈਗੀ ਹੈ, ਉੱਥੋਂ ਜਾ ਕੇ ਮੇਰੀ ਬਣ ਜੂਗੀ ਆਈ ਡੀ। ਅਤੇ ਵਨ ਮੋਰ ਥਿੰਗ, ਮੈਂ ਤੁਹਾਨੂੰ ਦੱਸ ਦੇਵਾਂ, ਜਦੋਂ ਤੁਸੀਂ ਆਪਣੀ ਜਿਹੜੀ ਆਈ ਡੀ ਬਣਾਉਣ ਜਾਓਗੇ, ਜਿਹੜੀ ਪ੍ਰੋਵਿੰਸ਼ੀਅਲ ਆਈ ਡੀ ਬਣਾਉਣ ਜਾਓਗੇ, ਤੁਹਾਡਾ ਜਿਹੜਾ ਬੈਂਕ ਦੀ ਸਟੇਟਮੈਂਟ ਲੱਗੂਗੀ, ਉਹ ਪਹਿਲਾਂ ਬੈਂਕ ਦੀ ਸਟੇਟਮੈਂਟ ਬਣਵਾ ਲਿਓ, ਜਿੱਥੇ ਤੁਹਾਡਾ ਜਿਹੜਾ ਕੈਨੇਡਾ ਦਾ ਐਡਰੈਸ ਹੋਊਗਾ ਉਹ ਲਿਖਿਆ ਹੋਊਗਾ ਜਿੱਥੇ ਤੁਸੀਂ ਰਿਸਾਈਡ ਕਰਦੇ ਹੋਵੋਗੇ, ਤਾਂ ਹੀ ਤੁਹਾਡੀ ਪ੍ਰੋਵਿੰਸ਼ੀਅਲ ਆਈ ਡੀ ਬਣੂਗੀ, ਨਹੀਂ ਤਾਂ ਤੁਹਾਡੀ ਪ੍ਰੋਵਿੰਸ਼ੀਅਲ ਆਈ ਡੀ ਨਹੀਂ ਬਣਦੀ। ਉਹਨਾਂ ਨੇ ਤੁਹਾਨੂੰ ਸਾਫ ਇਨਕਾਰ ਕਰ ਦੇਣਾ। ਪ੍ਰੋਵਿੰਸ਼ੀਅਲ ਆਈ ਡੀ ਦੇ ਨਾਲ ਨਾਲ ਤੁਸੀਂ ਆਪਣਾ ਮੈਡੀਕਲ ਕਾਰਡ ਜਿਹੜਾ ਹੈਲਥ ਕਾਰਡ ਹੁੰਦਾ ਉਹਨੂੰ ਅਪਲਾਈ ਕਰਨਾ। ਹੈਲਥ ਕਾਰਡ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ, ਕਿ ਤੁਹਾਨੂੰ ਮੈਡੀਕਲ ਕਾਰਡ ਦੇ ਮੈਂ ਜਿਹੜੀ ਫੈਸਿਲਿਟੀਜ਼ ਦੱਸ ਦਿੰਦਾ, ਉਹਦੇ ਕਹਿੰਦੇ ਫੰਕਸ਼ਨਸ ਕੀ ਆ। ਜਦੋਂ ਮੈਡੀਕਲ ਕਾਰਡ ਬਣ ਜਾਂਦਾ ਹੁੰਦਾ ਤਾਂ ਜਿਹੜਾ ਡਾਕਟਰ ਦੀ ਜਿਹੜੀ ਫੀਸ ਆ ਉਹ ਨਹੀਂ ਲੱਗਦੀ ਹੁੰਦੀ, ਜਿਹੜਾ ਡਾਕਟਰ ਨੂੰ ਜਿਹੜਾ ਪ੍ਰੈਕਟਿਸ ਕਰਨਾ ਆ, ਜਿਹੜਾ ਵੀ ਕੁਛ ਤੁਹਾਨੂੰ ਤੁਹਾਡੀ ਉਹਨੂੰ ਦੇਖਣਾ ਆ, ਤੁਹਾਨੂੰ ਹੋਇਆ ਕੀ ਆ, ਤੁਹਾਨੂੰ ਪ੍ਰਿਸਕ੍ਰਾਈਬ ਕਰਨਾ, ਉਹਨੇ ਉਹਦੇ ਕੋਈ ਕੁਛ ਪੈਸੇ ਨਹੀਂ ਲੈਣੇ। ਜਿਹੜਾ ਵੀ ਪੈਸਾ ਲੱਗੂਗਾ ਸਿਰਫ ਤੁਹਾਡੇ ਦਵਾਈਆਂ 'ਤੇ ਲੱਗੂਗਾ, ਜਿਹੜੀਆਂ ਤੁਸੀਂ ਦਵਾਈਆਂ ਲੈਣੀਆਂ ਮੈਡੀਕਲ ਸਟੋਰ ਤੋਂ। ਸੋ ਇਹ ਬੈਨੀਫਿਟ ਹੋ ਜਾਂਦਾ ਹੈ ਜੀ ਮੈਂ ਜਿਹੜਾ ਹੈਲਥ ਕਾਰਡ ਅਪਲਾਈ ਕੀਤੇ ਦਾ। ਫਿਫਥ ਥਿੰਗ, ਪੰਜਵੀਂ ਚੀਜ਼ ਜਿਹੜੀ ਬਹੁਤ ਜ਼ਿਆਦਾ ਇੰਪੋਰਟੈਂਟ ਆ, ਉਹ ਮੈਂ ਸੋਰੀ ਉਹਨੂੰ ਪਹਿਲਾਂ ਕਹਿਣਾ ਚਾਹੁੰਦਾ ਸੀ ਬਟ ਹੁਣ ਮੈਂ ਤੁਹਾਨੂੰ ਦੱਸ ਦੇਵਾਂ ਕਿ ਦੀ ਮੋਸਟ ਇੰਪੋਰਟੈਂਟ ਥਿੰਗ ਇਜ਼ ਸਿਨ ਕਾਰਡ। ਸਿਨ ਕਾਰਡ ਨੂੰ ਅਪਲਾਈ ਕਰਨਾ, ਸਿਨ ਕਾਰਡ ਨਹੀਂ ਹੁੰਦਾ, ਉਹ ਇੱਕ ਸਿਰਫ ਨੰਬਰ ਹੁੰਦਾ, ਉਹ ਪੇਪਰ 'ਤੇ ਲਿਖਿਆ ਹੁੰਦਾ। ਬਹੁਤ ਸਾਰੇ ਜਣਿਆਂ ਨੂੰ ਇੱਕ ਬਹੁਤ ਜ਼ਿਆਦਾ ਕਨਫਿਊਜ਼ਨ ਹੁੰਦੀ ਹੈ ਕਿ ਉਹ ਕਾਰਡ ਹੁੰਦਾ ਕਿ ਉਹ ਪੇਪਰ ਹੁੰਦਾ। ਸਿਨ ਨੰਬਰ ਇੱਕ ਸਪੈਸੀਫਿਕ ਨੰਬਰ ਹੁੰਦਾ ਜਿਹ 'ਤੇ ਲਿਖਿਆ ਜੀ, ਜਿਹੜਾ ਕਿ ਤੁਹਾਡੀ ਸਪੈਸੀਫਿਕ ਆਈਡੈਂਟੀ, ਜਿਹੜੀ ਪਰਸਨਲ ਆਈਡੈਂਟੀ ਨੂੰ ਮੇਨਟੇਨ ਕਰਦਾ ਆ, ਕਿ ਤੁਸੀਂ ਇੱਕ ਸਪੈਸੀਫਿਕ ਬੰਦੇ ਹੋ ਅਤੇ ਤੁਹਾਡੇ ਥਾਂ 'ਤੇ ਕੋਈ ਹੋਰ ਕੰਮ ਨਹੀਂ ਕਰ ਸਕਦਾ। ਜੇ ਸਿਨ ਨੰਬਰ ਤੁਹਾਡੇ ਕੋਲ ਨਹੀਂ ਹੋਊਗਾ, ਤੁਸੀਂ ਕੈਨੇਡਾ ਦੇ ਵਿੱਚ ਲੀਗਲੀ ਕੰਮ ਨਹੀਂ ਕਰ ਸਕਦੇ। ਅਤੇ ਜਦੋਂ ਵੀ ਆਪਾਂ ਕਿਸੇ ਇੰਪਲਾਇਰ ਕੋਲ ਜਾਣਾ ਆ ਤਾਂ ਉਹਨੇ ਆਪਣੇ ਤੋਂ ਸਿਨ ਨੰਬਰ ਜ਼ਰੂਰ ਮੰਗਣਾ ਆ, ਅਤੇ ਇਟ ਇਜ਼ ਅ ਬੇਸਿਕ ਨੈਸੈਸਿਟੀ ਟੂ ਅਪਲਾਈ ਫੋਰ ਦ ਸਿਨ ਨੰਬਰ ਆਫਟਰ ਯੂ ਕਮ ਇਨ ਟੂ ਕੈਨੇਡਾ। ਸੋ ਇਹੀ ਸੀ ਜੀ ਬੇਸਿਕਸ ਜਿਹੜੀ ਗਾਈਡ ਮੈਂ ਤੁਹਾਨੂੰ ਦੇਣਾ ਚਾਹੁੰਦਾ ਸੀਗਾ, ਜਦੋਂ ਤੁਸੀਂ ਕੈਨੇਡਾ ਦੇ ਵਿੱਚ ਅਰਾਈਵ ਹੋਵੋਗੇ ਤਾਂ ਤੁਹਾਨੂੰ ਕੀ ਕੁਝ ਕਰਨ ਦੀ ਲੋੜ ਹੈ। ਸੋ ਇਫ ਯੂ ਹੈਵ ਐਨੀ ਕੁਐਸਚਨਸ ਇਨ ਯੂਰ ਮਾਈਂਡ, ਪਲੀਜ਼ ਡ੍ਰੌਪ ਦੈਮ ਡਾਊਨ ਇਨ ਦ ਕਮੈਂਟ ਸੈਕਸ਼ਨ, ਔਰ ਯੂ ਕੈਨ ਫੋਲੋ ਮੀ ਔਨ ਮਾਈ ਇੰਸਟਾਗ੍ਰਾਮ ਐਜ਼ ਵੈਲ ਐਂਡ ਹੈਵ ਅ ਡਾਇਰੈਕਟ ਮੈਸੇਜ ਟੂ ਮੀ ਐਂਡ ਆਈ ਵਿਲ ਟਰਾਈ ਟੂ ਆਂਸਰ ਯੂਰ ਕੁਐਸਚਨਸ ਐਜ਼ ਸੂਨ ਐਜ਼ ਪੋਸੀਬਲ। ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ, ਐਂਡ ਇਫ ਯੂ ਲਾਈਕ ਦਿਸ ਵੀਡੀਓ ਪਲੀਜ਼ ਸਬਸਕ੍ਰਾਈਬ ਟੂ ਮਾਈ ਚੈਨਲ ਐਂਡ ਸ਼ੇਅਰ ਇਟ ਵਿਦ ਯੋਰ ਫਰੈਂਡਸ ਐਜ਼ ਵੈਲ।